ਇਹਨਾਂ ਦਾ ਕੁਐਸਚਨ ਹੈਗਾ, ਕਹਿੰਦੇ ਜਦੋਂ ਅੰਤਿਮ ਸੰਸਕਾਰ ਹੋ ਜਾਂਦਾ ਨਾ, ਅਤੇ ਪਰਿਵਾਰ ਉਹ ਸਹਿਜ ਪਾਠ ਕਰਦੇ ਜਾਂ ਕੋਈ ਪਾਠ ਕਰਦੇ ਆਤਮਾ ਲਈ, ਉਹ ਕਹਿੰਦੇ ਉਹਦਾ ਇਫੈਕਟ ਹੁੰਦਾ? ਇਹਦਾ ਆਂਸਰ ਦਿਓ, ਕਹਿੰਦੇ ਕਿ ਆਤਮਾ ਚਲੀ ਗਈ ਦੁਨੀਆ ਤੋਂ, ਕਹਿੰਦੇ ਉਹਦਾ ਇਫੈਕਟ ਹੁੰਦਾ ਵੀ ਉਹ ਬਾਅਦ ਵਿੱਚ ਉਹ ਕਰਦੇ ਜਾਂ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਜਿਹੜਾ ਅਸਰ ਹੈ, ਸੁਣਦਾ ਮੇਰੀ ਆਵਾਜ਼ ਸੁਣਦੀ ਹੈ, ਉਹ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਕਰਦੀ ਹੈ ਵੀ ਜਿਵੇਂ ਤੁਸੀਂ ਇੱਕ ਮਿੰਟ ਇੱਥੇ ਚੁੱਪ ਕਰਕੇ ਬੈਠ ਜਾਓ ਅਤੇ ਸਾਡੀਆਂ ਅੱਖਾਂ ਵੀ ਬੰਦ ਹੋਣ, ਅਸੀਂ ਆਪ ਵੀ ਮਤਲਬ ਇੱਕ ਸੁਣਨ ਦੀ ਅਵਸਥਾ ਵਿੱਚ ਬੈਠ ਜਾਈਏ। ਇੱਥੇ ਤੁਹਾਡਾ ਵਾਤਾਵਰਣ ਵੀ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਇੱਕ ਬੜੀ ਰਮਣੀਕ ਥਾਂ ਵਿੱਚ ਬੈਠੇ ਹੋ, ਅਤੇ ਹੋ ਸਕਦਾ ਹੈ ਜਿਵੇਂ ਭਾਈ ਸਾਹਿਬ ਨੇ ਕਿਹਾ ਹੈ ਵੀ ਜਿਹੜਾ ਸਵੇਰੇ ਉੱਠ ਕੇ ਨਾਮ ਜਪਦਾ ਹੈ ਤਾਂ ਉਹਨੂੰ ਅਠਪੈਰੀ ਕੂੰਜੀ ਲੱਗ ਜਾਂਦੀ ਹੈ, ਅੱਠੇ ਪੈਰ ਉਸਦਾ ਅੰਤਰਗਤੀ ਨਾਮ ਚੱਲਦਾ ਹੈ। ਹੁਣ ਜਿਹਨਾਂ ਦਾ ਨਾਮ ਚੱਲਦਾ ਹੈ ਉਹਨਾਂ ਨੂੰ ਗੁਰਬਾਣੀ ਤੋਂ ਬਗੈਰ ਕੁਝ ਨਹੀਂ ਸੋਝਦਾ, ਅਤੇ ਉਹਨਾਂ ਦੇ ਸਵਾਲ ਵੀ ਗੁਰਬਾਣੀ ਹੈ ਅਤੇ ਜਵਾਬ ਵੀ ਗੁਰਬਾਣੀ ਹੈ। ਕਿਉਂਕਿ ਗੁਰਬਾਣੀ ਨੇ ਕਿਹਾ ਹੈ ਕਿ ਜਿਵੇਂ ਹੁਣ ਹੈ ਨਾ ਕਿ ਅੰਤਕਾਲ ਜਮਦੂਤ ਸੁਣ, ਉਹਨੂੰ ਲਾਗੇ ਨਹੀਂ ਆਇਆ, ਨਾਰਾਇਣ ਦਾ ਨਾਂ ਸੁਣ ਕੇ ਲਾਗੇ ਨਹੀਂ ਆਇਆ। ਅਤੇ ਜਿਵੇਂ ਭਾਈ ਸਾਹਿਬ ਨੇ ਵੀ ਇੱਕ ਮਿਸਾਲ ਦਿੱਤੀ ਜੇਲ੍ਹ ਚਿੱਠੀਆਂ ਵਿੱਚ, ਜਿਹੜਾ ਬੰਦਾ ਇੱਕ ਉਹਨੇ ਗਲ ਵਿੱਚ ਹਜ਼ੀਰਾਂ ਨਿਕਲ ਆਈਆਂ ਸੀ ਅਤੇ ਉਹ ਬਹੁਤ ਔਖਾ ਸੀ, ਜਦੋਂ ਭਾਈ ਸਾਹਿਬ ਉਹਨਾਂ ਦੇ ਕੋਲ ਗਏ ਤਾਂ ਉਹ ਬਹੁਤ ਆਰਾਮ ਵਿੱਚ ਆ ਗਿਆ ਅਤੇ ਕਹਿਣ ਲੱਗਾ ਕਿ ਤੁਸੀਂ ਮੇਰੇ ਕੋਲ ਰਹੋ, ਜਦੋਂ ਚਲੇ ਜਾਣ ਫਿਰ ਕੁਲਾਵੇ। ਪਰ ਜਦੋਂ ਮੁੜ ਕੇ ਗਏ ਭਾਈ ਸਾਹਿਬ ਦੇ, ਉਹਨੂੰ ਪੁੱਛਿਆ ਵੀ ਤੈਨੂੰ ਕੀ ਗੱਲ ਆ? ਕਹਿੰਦੇ ਵੀ ਮੈਂ ਡਾਕਾ ਮਾਰਿਆ ਸੀਗਾ, ਮਾਰਿਆ ਸੀ ਪਰਪਕਾਰ ਵਾਸਤੇ, ਪਰ ਮੈਂ ਉਸ ਸੇਠ ਦੇ ਗਲ 'ਤੇ ਛੁਰੀ ਰੱਖ ਕੇ ਅਤੇ ਉਹਨੂੰ ਮਾਰ ਦਿੱਤਾ। ਚਾਬੀਆਂ ਨਹੀਂ ਸੀ ਉਹ ਦਿੰਦਾ, ਚਾਬੀਆਂ ਲੈਣ ਦੀ ਖਾਤਰ ਮੈਂ ਉਹਨੂੰ ਛੁਰੀ ਨਾਲ ਉਹਦਾ ਟਕੜਾ ਕੱਟ ਦਿੱਤਾ ਅਤੇ ਉਹ ਹੁਣ ਮੇਰੇ ਆਣ ਕੇ ਗਲੇ ਨੂੰ ਦਬਾਉਂਦਾ। ਇਹ ਤਾਂ ਇੱਕ ਸਾਡਾ ਕਰਮ ਹੋ ਗਿਆ ਅਤੇ ਅਸੀਂ ਆਪਣਾ ਕਰਮ ਕਰਕੇ ਮਰ ਗਏ ਹਾਂ, ਜਾਂ ਕੋਈ ਵੀ ਸਾਡਾ ਪਿਛਲਾ ਕਰਮ, ਹੁਣ ਦਾ ਕਰਮ, ਜੋ ਅਸੀਂ ਐਕਟ ਕਰ ਰਹੇ ਹਾਂ ਉਹਦੇ ਮੁਤਾਬਕ ਅਸੀਂ ਖਤਮ ਹੋ ਗਏ ਹਾਂ। ਅਤੇ ਜਿਹੜੇ ਪਰਿਵਾਰ ਦੇ ਜੀਅ ਨੇ ਉਹਨਾਂ ਨੇ ਸੋਚਿਆ ਕਿ ਹੁਣ ਮਹਾਰਾਜ ਦਾ ਪਾਠ ਇਹਨਾਂ ਵਾਸਤੇ ਕਰੀਏ। ਪਾਠ ਕਰਨ ਵਾਸਤੇ ਜਦੋਂ ਆਪਾਂ ਪਾਠ ਕਰਦੇ ਹਾਂ ਤਾਂ ਉਹਦਾ ਅਸਰ ਵਾਤਾਵਰਨ ਵਿੱਚ ਹੀ ਵੀ ਜਾਂਦਾ ਅਤੇ ਉਹਨਾਂ ਨੂੰ ਵੀ ਪਹੁੰਚਦਾ ਅਤੇ ਸਾਨੂੰ ਉਹਦਾ ਬਹੁਤ ਅਸਰ ਹੁੰਦਾ। ਅਸਲ 'ਚ ਅਸੀਂ ਪਾਠ ਕਰਦੇ ਹਾਂ ਵੀ ਸਾਡੇ ਅੰਦਰ ਉਸ ਵੇਲੇ ਮੌਤ ਦਾ ਡਰ ਹੁੰਦਾ ਕਿ ਮਰ ਗਿਆ, ਖਰੇ ਪਤਾ ਨਹੀਂ ਕੀ ਹੋਇਆ। ਇਹ ਸਾਡੇ ਭੈੜ ਕਰਕੇ ਸਾਨੂੰ ਵੀ ਗੁਰਬਾਣੀ ਥੋੜ੍ਹੀ ਜਿਹੀ ਸਿੱਖਿਆ ਦਿੰਦੀ ਹੈ ਉਸ ਪਾਸੇ, ਅਤੇ ਉਸ ਪ੍ਰਾਣੀ ਵਾਸਤੇ ਵੀ ਸੱਚੇ ਪਾਤਸ਼ਾਹ ਉਹਦਾ ਅਸਰ ਜ਼ਰੂਰ ਕਰਦਾ। ਤੁਸੀਂ ਸ਼ਾਇਦ ਹੁਣੇ ਹੀ ਸੁਣਿਆ ਹੈ ਕਿ ਮੈਂ ਪਿੱਛੇ ਬੈਠਾ ਅਤੇ ਇੱਕ ਇੱਥੇ ਜਾਨਵਰ ਬੋਲ ਰਿਹਾ ਸੀ, ਉਸਦੀ ਆਵਾਜ਼ ਗੁਰੂ ਕਰਕੇ ਆ ਰਹੀ ਸੀ। ਇਹ
ਬ੍ਰਹਿਮੰਡ ਵਿੱਚ ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਕੁਛ ਵੀ ਬ੍ਰਹਿਮੰਡ ਖੰਡ ਵਿੱਚ ਬੋਲ ਰਿਹਾ ਉਹ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਨਹੀਂ ਹੈ। ਜਿੱਥੇ ਨਾਮ ਹੈ ਉੱਥੇ ਇਕਾਗਰਤਾ ਹੈ, ਜਿੱਥੇ ਨਾਮ ਨਹੀਂ ਉੱਥੇ ਦੁਬਦਾ ਹੈ। ਜਿੱਥੇ ਨਾਮ ਹੈ ਉੱਥੇ ਇੱਕ ਹੈ, ਜਿੱਥੇ ਦੂਜੀ ਚੀਜ਼ ਹੈ ਉੱਥੇ ਦੁਆਤ ਹੈ। ਤੋ ਨਾਮ ਨੇ ਆਪਣਾ ਅਸਰ ਕਰਨਾ ਹੀ ਕਰਨਾ, ਉਹ ਪ੍ਰਾਣੀ ਦੇ ਜਿਉਂਦਿਆਂ ਵੀ ਕਰਨਾ ਔਰ ਉਹਦੇ ਮਰਨ ਤੋਂ ਬਾਅਦ ਵੀ ਕਰਨਾ। ਉਹਦਾ ਬਹੁਤਾ ਅਸਰ ਤੁਹਾਡੇ 'ਤੇ ਵੀ ਪਏਗਾ ਅਤੇ ਉਹਦਾ ਵੀ ਭਲਾ ਹੋਏਗਾ। ਕਿਉਂਕਿ ਸਾਡੇ ਚਾਚਾ ਜੀ ਸਰਦਾਰ ਸੁਰਜੀਤ ਸਿੰਘ ਜੀ ਜਦੋਂ ਅਜੇ ਜਿਉਂਦੇ ਸੀ, ਸੰਨ 64 ਤੋਂ ਲੈ ਕੇ 95 ਤੱਕ ਦੁੱਖ ਵਿੱਚ ਰਹੇ ਔਰ ਗੁਰਬਾਣੀ ਦਾ ਆਸਰਾ ਬਹੁਤ ਜ਼ਬਰਦਸਤ ਉਹਨਾਂ ਨੇ ਫੜਿਆ। ਉਹਨਾਂ ਦੇ ਕੋਲ ਕਦੇ ਕੋਈ ਉਹਨਾਂ ਦੇ ਰਿਸ਼ਤੇਦਾਰਾਂ 'ਚੋਂ ਆ ਜਾਂਦਾ ਸੀ, ਕਦੇ ਕੋਈ ਆ ਜਾਂਦਾ ਸੀ ਮਰਿਆ ਹੋਇਆਂ 'ਚੋਂ, ਤਾਂ ਉਹਨਾਂ ਦੇ ਫਿਰ ਉਹ ਪਾਠ ਕਰ ਦਿੰਦੇ ਸੀ। ਪਾਠ ਕਰਨ ਦੇ ਬਾਅਦ ਕਹਿੰਦੇ ਮੈਨੂੰ ਉਹਨਾਂ ਨੇ ਮੁੜ ਕੇ ਆਣ ਕੇ ਸੁਪਨੇ 'ਚ ਕਹਿ ਦਿੱਤਾ ਵੀ ਹੁਣ ਮੇਰਾ ਭਲਾ ਹੋ ਗਿਆ। ਅਤੇ ਜੇ ਇੱਕ ਸੁਪਨੇ 'ਚ ਆਣ ਕੇ ਕੋਈ ਜੀਵ ਕਿਸੇ ਨੂੰ ਕਹਿ ਦਿੰਦਾ ਕਿ ਮੇਰਾ ਇਸ ਤਰ੍ਹਾਂ ਭਲਾ ਹੋਊ, ਅਤੇ ਉਹਦਾ ਜੇ ਸੁਪਨੇ ਵਿੱਚ ਪਹਿਲਾਂ ਦਾ ਗਿਆ ਹੋਇਆ ਉਹਦਾ ਭਲਾ ਹੋ ਸਕਦਾ, ਅਤੇ ਜਿਹਦਾ ਬੰਦਾ ਹੁਣੇ ਹੀ ਤੁਹਾਡੇ ਕੋਲ ਗਿਆ ਹੈ ਉਹਦੇ ਨਾਂ ਦਾ ਤੁਸੀਂ ਪਾਠ ਕਰੋਗੇ ਕੀ ਭਲਾ ਉਹਦਾ ਭਲਾ ਨਾ ਹੋਏਗਾ, ਉਹਦਾ ਵੀ ਹੋਏਗਾ ਅਤੇ ਤੁਹਾਡਾ ਵੀ ਹੋਏਗਾ। ਗੁਰਬਾਣੀ ਕਿਉਂਕਿ 100% ਤੋਂ 200% ਕਹਿ ਲਓ ਤੁਸੀਂ ਇੰਨੀ ਸੱਚੀ ਹੈ, ਅਤੇ ਇਹਦੇ ਵਰਗਾ ਨਾ ਕੋਈ ਲਿਖ ਸਕਦਾ, ਨਾ ਕੋਈ ਬਣਾ ਸਕਦਾ ਅਤੇ ਨਾ ਕੋਈ ਇੱਥੇ ਜਾ ਸਕਦਾ। ਗੁਰਬਾਣੀ ਦੇ ਉੱਤੇ ਜਾਣਾ, ਉਹਨੂੰ ਸੋਚਣਾ, ਉਹਨੂੰ ਅਨੁਭਵਤਾ ਵਿੱਚ ਲਿਆਉਣਾ ਬੜਾ ਔਖਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਇਹਦਾ ਅਸਰ ਜ਼ਰੂਰ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਸਰੀ ਗੱਲ ਭਾਈ, ਭਾਈ ਸਾਹਿਬ ਨੇ ਆਪਣੇ ਜੇਲ੍ਹ ਤੋਂ ਬਾਹਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਠੀਕ ਹੈ, ਜਦੋਂ ਜੇਲ੍ਹ ਤੋਂ ਆਏ ਨੇ 16 ਸਾਲ ਕੱਟਣ ਤੋਂ ਬਾਅਦ, ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਨਾਲ ਲਿਆ, ਨਾਲ ਸਾਥੀ ਲਏ ਅਤੇ ਪੈਦਲ ਤੁਰ ਕੇ ਹਜ਼ੂਰ ਸਾਹਿਬ ਗਏ। ਪੈਦਲ ਤੁਰ ਕੇ ਪੈਦਲ, ਕਿੱਥੇ ਤੁਸੀਂ ਦੇਖੋ, ਅੱਜ ਤੁਸੀਂ ਹਵਾਈ ਜਹਾਜ਼ 'ਤੇ ਗੱਡੀਆਂ ਵਿੱਚ ਜਾਂਦੇ ਹੋ ਅਤੇ ਕਿੰਨਾ ਟਾਈਮ ਤੁਹਾਨੂੰ ਗੱਡੀ ਵਿੱਚ ਜਾਣ ਲੱਗਿਆ ਹੋਵੇ, 24-25 ਘੰਟੇ ਲੱਗ ਜਾਂਦੇ ਆ, ਅਤੇ ਉਹ ਪੈਦਲ ਤੁਰ ਕੇ ਮਹੀਨੇ ਵਿੱਚ ਉੱਥੇ ਪਹੁੰਚੇ ਔਰ ਇੱਕ ਇੱਕ ਦਿਨ ਦਾ ਪੜਾਅ ਉਹਨਾਂ ਨੇ ਜਿੱਥੇ ਜਿੱਥੇ ਕੀਤਾ ਉਸ ਪੜਾਅ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨਾਂ ਦੇ ਕੋਲ ਹੁੰਦਾ ਸੀ ਔਰ ਉਸ ਕਮਰੇ ਵਿੱਚ ਆਪ ਪੈਂਦੇ ਸੀ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੁੰਦੇ ਸੀ। ਭਾਈ ਸਾਹਿਬ ਦੇ ਪੈਣਾ ਉਹਨਾਂ ਕੀ ਹੁੰਦਾ ਸੀ, ਉਹਨਾਂ ਦੇ ਉੱਤੇ ਗੁਰਮੁਖ ਸੌਣ ਸਮਾਧ ਹੈ, ਉਹ ਤਾਂ ਬੈਠੇ ਵੀ ਸੁੱਤੇ ਵੀ ਸਮਾਧ ਵਿੱਚ ਹੁੰਦੇ ਸੀ। ਤਾਂ ਜਦੋਂ ਇੱਕ ਪਿੰਡ ਵਿੱਚ ਪਹੁੰਚੇ ਅਤੇ ਉੱਥੇ
ਪਿੰਡ ਦੇ ਲੋਕਾਂ ਨੇ ਕੋਈ ਘਰ ਵਿੱਚ ਉਹਨਾਂ ਨੂੰ ਰਹਿਣ ਲਈ ਥਾਂ ਨਾ ਦਿੱਤਾ ਅਤੇ ਉਹਨਾਂ ਨੇ ਆਖਿਆ ਵੀ ਇੱਕ ਬਾਹਰ ਨਾਲ ਸਾਡੇ ਹਵੇਲੀ ਹੈ, ਉੱਥੇ ਚਲੇ ਜਾਓ। ਪਿੰਡ ਤੋਂ ਬਾਹਰ ਬਾਹਰ ਹਵੇਲੀ ਸੀ ਬਹੁਤ ਵੱਡੀ, ਉਹਦੇ 10-15 ਕਮਰੇ ਸੀ ਅਤੇ ਖਾਲੀ ਪਈ ਸੀ, ਉਹਦੇ ਵਿੱਚ ਚਲੇ ਗਏ। ਜਦੋਂ ਭਾਈ ਸਾਹਿਬ ਇੱਕ ਕਮਰੇ ਵਿੱਚ ਬੈਠ ਗਏ, ਬਾਕੀ ਸਿੰਘਾਂ ਨੇ ਆਰਾਮ ਕੀਤਾ। ਜਿਸ ਵੇਲੇ ਰਾਤ ਦਾ 1 ਵਜਿਆ ਅਤੇ ਦਰਵਾਜ਼ਾ ਖੜਕਿਆ, ਔਰ ਖੜਕਣ ਦੇ ਨਾਲ ਭਾਈ ਸਾਹਿਬ ਨੇ ਪੁੱਛਿਆ ਵੀ ਕੌਣ ਹੈ? ਅਤੇ ਕਹਿੰਦੇ ਜੀ ਮੈਂ ਇਸ ਹਵੇਲੀ ਦਾ ਮਾਲਕ ਹਾਂ। ਜਿੱਦਾਂ ਹੁੰਦਾ ਨਾ ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੇ, ਪ੍ਰੇਤ ਜੋਨ ਵੱਲ ਵੱਲ ਔਤਰੇ। ਪ੍ਰੇਤ ਦੀ ਜੋਨ ਵਿੱਚ ਪੈ ਜਾਂਦਾ, ਉਹਨੂੰ ਪੈਣਾ ਪੈਂਦਾ, ਤਾਂ ਉਹ ਕਹਿੰਦੇ ਤੂੰ ਮਾਲਕ? ਹਾਂਜੀ। ਭਾਈ ਸਾਹਿਬ ਕਿਹੜੇ ਡਰਨ ਵਾਲੇ ਸੀ, ਕਿਸੇ ਕੋਲੋਂ ਪ੍ਰੇਤਾਂ ਕੋਲ ਭੂਤਾਂ ਕੋਲ ਕਿਹੜਾ ਉਹ ਡਰਦੇ ਸੀ। ਉਹਨਾਂ ਨੇ ਦਰਵਾਜ਼ਾ ਖੋਲ੍ਹਿਆ, ਦੇਖਿਆ ਕਿ ਉਸ ਦੀ ਸ਼ਕਲ ਬੇਸ਼ਕਲ ਹੈ, ਹੱਥ ਪੈਰ ਮੁੜੇ ਹੋਏ ਹਨ, ਜਿਹੜਾ ਚਿਹਰਾ ਹੈ ਬਹੁਤ ਬੁਰੀ ਤਰ੍ਹਾਂ ਦੁਰਲੱਭ ਜਿਹਾ ਹੋਇਆ ਹੋਇਆ ਹੈ, ਦੇ ਕੋਈ ਬੰਦਾ ਹੋਰ ਵੇਖੇ ਤਾਂ ਡਰ ਜਾਵੇ। ਭਾਈ ਸਾਹਿਬ ਕਹਿੰਦੇ ਵੀ ਤੂੰ ਫਿਰ ਕਿਉਂ ਹੈ, ਸਾਡੇ ਕੋਲ ਕਿਉਂ ਆਇਆ? ਕਹਿੰਦੇ ਜੀ ਮੈਂ ਇਸ ਕਰਕੇ ਆਇਆ ਕਿ ਮੈਂ ਮਰਨ ਤੋਂ ਬਾਅਦ ਵੀ ਜਿਹੜਾ ਇੱਥੇ ਆਣ ਕੇ ਠਹਿਰਿਆ ਮੈਂ ਉਹਨੂੰ ਵੀ ਮਾਰ ਦਿੱਤਾ ਹੈ, ਮੈਂ ਕਿਸੇ ਨੂੰ ਛੱਡਿਆ ਨਹੀਂ, ਅਤੇ ਤੂੰ ਕਿਉਂ ਮਰਿਆ? ਕਹਿੰਦੇ ਮੇਰਾ ਇਸ ਸਾਰੇ ਮੰਦਰ ਵਿੱਚ ਧਿਆਨ ਰਹਿ ਗਿਆ, ਜਦੋਂ ਮੈਂ ਮਰ ਲੱਗਿਆ ਵੀ ਮੈਂ ਐਡਾ ਵੱਡਾ ਕੋਠੀ ਬਣਾਈ, ਐਡਾ ਵੱਡੇ ਮਕਾਨ ਬਣਾਏ। ਕਹਿੰਦੇ ਹੁਣ ਫਿਰ, ਕਹਿੰਦੇ ਹੁਣ ਮੈਨੂੰ ਪਤਾ ਲੱਗਿਆ ਕਿ ਤੁਸੀਂ ਮੇਰਾ ਉਧਾਰ ਕਰ ਸਕਦੇ ਹੋ। ਕਹਿੰਦੇ ਉਹ ਕਿਵੇਂ? ਭਾਈ ਸਾਹਿਬ ਜਦੋਂ ਚੱਲੇ ਨੇ ਉਹਨਾਂ ਨੇ ਮਾਇਆ ਨੂੰ ਹੱਥ ਵੀ ਨਹੀਂ ਸੀ ਲਾਉਂਦੇ, ਪੈਸੇ ਨੂੰ ਹੱਥ ਨਹੀਂ ਸੀ ਲਾਇਆ। ਜਿੱਥੇ ਸਹਿ ਸੁਭਾਈ ਸਿੰਘਾਂ ਨੇ ਕੋਈ ਸੇਵਾ ਕਰਤੀ ਕਰਤੀ, ਔਰ ਉਸੇ ਤਰ੍ਹਾਂ ਹੀ ਕਹਿੰਦੇ ਵੀ ਮੇਰੇ ਵਾਸਤੇ ਇੱਕ ਅਖੰਡ ਪਾਠ ਕਰ ਦਿਓ। ਅਸੀਂ ਕਹਿੰਦੇ ਵੀ ਸਾਡੇ ਕੋਲ ਮਾਇਆ ਕੋਈ ਨਹੀਂ, ਅਤੇ ਅਖੰਡ ਪਾਠ ਵਾਸਤੇ ਕੁਛ ਖਰਚਦਾ ਹੋਣਾ। ਕਹਿੰਦੇ ਜੀ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ, ਇਸ ਹਵੇਲੀ ਦੇ ਇੱਕ ਕਮਰੇ ਵਿੱਚ ਇੱਕ ਨੁੱਕਰ ਪੁੱਟੋ, ਉੱਥੇ ਮੇਰੀ ਇੱਕ ਗਾਗਰ ਦੱਬੀ ਪਈ, ਉਹਦੇ ਵਿੱਚ ਮੋਹਰਾਂ ਦੱਬੀਆਂ ਨੇ। ਜਿੱਥੇ ਉਹਨੇ ਦੱਸਿਆ ਵੀ ਤੁਸੀਂ ਉਹ ਪੁੱਟ ਕੇ ਅਤੇ ਰਸਦਾਂ ਲਿਆ ਕੇ ਅਤੇ ਅਖੰਡ ਪਾਠ ਕਰ ਦਿਓ। ਭਾਈ ਸਾਹਿਬ ਕਹਿੰਦੇ ਵੀ ਸਾਨੂੰ ਕੀ ਪਤਾ ਲੱਗੇਗਾ ਵੀ ਤੇਰਾ ਉਧਾਰ ਹੋ ਗਿਆ ਇਹਦਾ, ਵੀ ਤੂੰ ਖਲਾਸੀ ਹੋ ਗਈ, ਤੇਰੀ ਮੁਕਤੀ ਹੋ ਗਈ। ਕਹਿਣ ਲੱਗਾ ਸੀ ਜਦੋਂ ਅਖੰਡ ਪਾਠ ਦਾ ਭੋਗ ਪਵੇਗਾ ਅਤੇ ਐਸੇ ਕਮਰੇ ਵਿੱਚ ਇਹ ਜਿਹੜਾ ਆਲਾ ਹੈ ਇਹਦੇ ਵਿੱਚ ਕੌਲੇ 'ਚ ਪਾ ਕੇ ਬਾਟੀ 'ਚ ਪਾ ਕੇ ਪ੍ਰਸ਼ਾਦ ਰੱਖ ਦਿਓ, ਅਤੇ ਜੇ ਪ੍ਰਸ਼ਾਦ ਛਕਿਆ ਗਿਆ ਤਾਂ ਸਮਝੋ ਵੀ ਮੇਰੀ ਮੁਕਤੀ ਹੋ ਗਈ। ਭਾਈ ਸਾਹਿਬ ਕਹਿੰਦੇ ਚੰਗਾ ਠੀਕ ਹੈ। ਦੂਸਰੇ ਦਿਨ ਪੜਾਅ ਅਗਲੇ ਥਾਂ ਦਾ ਸੀ। ਜਦੋਂ ਸਵੇਰੇ ਉੱਠੇ ਤਾਂ ਭਾਈ ਸਾਹਿਬ ਨੇ ਸਾਰੇ ਸਿੰਘਾਂ ਨੂੰ ਇਕੱਤਰ ਕੀਤਾ ਵੀ ਅੱਜ ਨਹੀਂ ਜਾਣਾ, ਪਹਿਲਾਂ ਉਹ ਪੁਰਾਣੇ ਕਮਰੇ ਵਿੱਚ ਜਾ ਕੇ ਫਲਾਣੀ ਨੁੱਕਰ ਪੁੱਟੋ। ਇਸ ਵੇਲੇ ਉਹਨਾਂ ਨੇ ਉੱਕਰ ਪੁੱਟੀ, ਵਿੱਚੋਂ ਗਾਗਰ ਨਿਕਲ ਆਈ, ਵਿੱਚ ਮੋਹਰਾਂ ਨਿਕਲ ਆਈਆਂ, ਪੈਸੇ ਨਿਕਲ ਆਏ। ਭਾਈ ਸਾਹਿਬ ਕਹਿਣ ਲੱਗੇ ਵੀ ਇਹਦੀ ਰਸਦਾਂ ਬਸਦਾਂ ਲਿਆਓ, ਅਖੰਡ ਪਾਠ ਰੱਖਣਾ। ਅਖੰਡ ਪਾਠ ਸ਼ੁਰੂ ਹੋ ਗਿਆ, ਸਾਰਾ ਅਖੰਡ ਪਾਠ ਹੋਇਆ, ਉਹਦਾ ਭੋਗ ਪਿਆ ਅਤੇ ਪ੍ਰਸ਼ਾਦ ਰੱਖਿਆ ਗਿਆ, ਪਰ ਪ੍ਰਸ਼ਾਦ ਛਕਿਆ ਨਾ ਗਿਆ। ਭਾਈ ਸਾਹਿਬ ਕਹਿਣ ਲੱਗੇ ਅੱਜ ਰਾਤ ਫਿਰ ਇੱਥੇ ਠਹਿਰਨਾ ਪਈ। ਜਦੋਂ ਰਾਤ ਫਿਰ ਪਈ ਉਸੇ ਟਾਈਮ 'ਤੇ ਫਿਰ ਉਹ ਆਇਆ, ਉਹਨੇ ਦਰਵਾਜ਼ਾ ਖੜਕਾਇਆ,
ਉਹਦੀ ਸ਼ਕਲ ਵਿੱਚ ਬਹੁਤ ਫਰਕ ਪੈ ਚੁੱਕਾ ਸੀ। ਉਹ ਡਰਾਉਣੀ ਵੀ ਨਹੀਂ ਸੀਗੀ ਔਰ ਕਾਫੀ ਬਦਲ ਚੁੱਕਾ ਸੀ। ਉਹਨੂੰ ਪੁੱਛਿਆ ਵੀ ਭਾਈ ਕਿਉਂ ਤੇਰੀ ਮੁਕਤੀ ਨਹੀਂ ਹੋਈ? ਕਹਿੰਦੇ ਨਹੀਂ, ਤੁਹਾਡੇ ਪਾਠ ਵਿੱਚ ਇੱਕ ਉਕਾਈ ਰਹਿ ਗਈ ਆ, ਇਸ ਕਰਕੇ ਇੱਕ ਦੁਬਾਰਾ ਪਾਠ ਕਰੋ। ਕਹਿੰਦੇ ਅਸੀਂ ਤਾਂ ਸਾਰੀ ਮਾਇਆ ਖਰਚ ਦਿੱਤੀ। ਕਹਿੰਦੇ ਹੋਰ ਥਾਂ ਇੱਕ ਪੈਸੇ ਪਏ ਨੇ, ਉਹ ਪੁੱਟ ਲਓ ਅਤੇ ਫਿਰ ਪਾਠ ਕਰੋ। ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਉਹਨਾਂ ਕੋਲੋਂ ਫਿਰ ਮੁੜ ਕੇ ਦੂਸਰੇ ਦਿਨ ਅਖੰਡ ਪਾਠ ਸ਼ੁਰੂ ਕਰਵਾ ਦਿੱਤਾ ਔਰ ਅਖੰਡ ਪਾਠ ਦਾ ਭੋਗ ਪਿਆ। ਭੋਗ ਦੇ ਬਾਅਦ ਪ੍ਰਸ਼ਾਦ ਰੱਖਿਆ ਗਿਆ ਅਤੇ ਪ੍ਰਸ਼ਾਦ ਛਕਿਆ ਗਿਆ। ਫਿਰ ਭਾਈ ਸਾਹਿਬ ਗਾਉਣ ਚੱਲੇ। ਜਦੋਂ ਭਾਈ ਸਾਹਿਬ ਨੇ ਉਸ ਪ੍ਰੇਤ ਨੂੰ ਦੇਖਿਆ ਵੀ, ਮਰੀ ਹੋਈ ਰੂਹ ਨੂੰ ਵੇਖਿਆ ਵੀ ਔਰ ਉਹਦੇ ਵਾਸਤੇ ਪਾਠ ਵੀ ਕੀਤਾ ਔਰ ਉਹਦਾ ਰਿਜ਼ਲਟ ਵੀ ਵੇਖਿਆ ਕਿ ਉੱਥੋਂ ਪ੍ਰਸ਼ਾਦ ਛਕਿਆ ਗਿਆ, ਦਾ ਮਤਲਬ ਕਿ ਜੇ ਇੱਕ ਪ੍ਰੇਤ ਦੀ ਉਹਦਾ ਹਰ ਬਾਣੀ ਕਰ ਸਕਦੀ ਹੈ ਤਾਂ ਸਾਡੇ ਜਿਉਂਦੇ ਜਿਹੜੇ ਪਿੱਤਰ ਨੇ ਜਾਂ ਸਾਡੇ ਮਰ ਗਏ ਜਿਹੜੇ ਬੰਦੇ ਨੇ ਉਹਨਾਂ ਉੱਤੇ ਅਸਰ ਨਾ ਕਰੇਗੀ? ਹਾਂ, ਅਸਰ ਤਾਂ ਕਰੇਗੀ ਜੇ ਸਾਡੇ ਮਨ ਚਿੱਤ ਕਰਕੇ ਅਸੀਂ ਪਾਠ ਕਰਨ ਵਾਲੇ ਤਗੜੇ ਅਭਿਆਸੀ ਔਰ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਸਾਡਾ ਜੀਵਨ ਜਿਹੜਾ ਗੁਰਮਤਿ ਦੇ ਅਨੁਸਾਰ ਹੋਏਗਾ। ਜੇ ਆਪਾਂ ਮਾਇਆ ਲੈ ਕੇ ਪਾਠ ਕਰਦੇ ਹਾਂ ਜਾਂ ਅਸੀਂ ਆਪਣੇ ਪੇਟ ਦੀ ਖਾਤਰ ਦੌੜੇ ਫਿਰਦੇ ਹਾਂ, ਬਾਣੀ 'ਤੇ ਸਾਡਾ ਅਸਰ ਕੋਈ ਨਹੀਂ, ਸਾਡਾ ਆਪਣਾ ਜੀਵਨ ਕੋਈ ਨਹੀਂ, ਫਿਰ ਗੁਰਬਾਣੀ ਨੇ ਕੀ ਅਸਰ ਕਰਨਾ ਹੈ? ਗੁਰਬਾਣੀ ਨੂੰ ਰਸ ਰਸ ਕੇ ਗਾਉਣ ਨਾਲ, ਅੰਦਰ ਵਸਾ ਕੇ ਪੜ੍ਹਨ ਨਾਲ ਸੱਚੇ ਪਾਤਸ਼ਾਹ ਦਾ ਅਸਰ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਆਇਆ, ਗੁਰਬਾਣੀ ਦੀ ਤੁਕ ਮਨ ਹੀ ਤੇ ਮਨ ਮਾਨਿਆ, ਦ ਮਾਇੰਡ ਇਜ਼ ਸੈਟੀਸਫਾਈਡ ਬਾਈ ਦ ਮਾਇੰਡ, ਪੁੱਛਦੇ ਆ ਵੀ ਇਹ ਕਿਸ ਤਰ੍ਹਾਂ, ਹਾਊ ਡਸ ਦਿਸ ਵਰਕ, ਇਹ ਕਿਸ ਤਰ੍ਹਾਂ ਮਨ ਮਨ ਨੂੰ ਕਿਵੇਂ ਖੁਸ਼ ਕਰਦਾ ਹੈ? ਮਨ ਹੀ ਤੇ ਮਨ ਮਾਨਿਆ, ਅੱਗੇ ਕੀ ਹੋਣਾ ਜੀ? ਮਨ ਜਦੋਂ ਤੁਸੀਂ ਰੋਜ਼ ਆਨੰਦ ਸਾਹਿਬ ਦਾ ਪਾਠ ਕਰਦੇ ਹੋ, ਅਗਲੀ ਤੋਂ ਭਗਤ ਜੋ ਦੇਖੀ ਜਰਾ, ਉਹਦੇ ਵਿੱਚ ਮਨ ਪ੍ਰਤੀ ਸੱਚੇ ਪਾਤਸ਼ਾਹ ਨੇ ਲਿਖਿਆ, ਪਹਿਲਾਂ ਤਾਂ ਲਿਖਿਆ ਵੀ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ, ਫਿਰ ਦੂਜੇ ਥਾਂ ਦਾ ਇਹ ਮਨ ਚੰਚਲਾ, ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ। ਹਾਂ, ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ, ਗੁਰੂ ਦੇ ਸ਼ਬਦ ਅਪਾਰ, ਗੁਰੂ ਦੇ ਸ਼ਬਦ ਨਾਲ ਮਨ ਜਿਹੜਾ ਹੈ ਉਹ ਮੰਨਿਆ। ਤੋ ਪਹਿਲਾਂ ਆਉਂਦਾ ਹੈ ਕਿ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਕਿ ਪਾਇਆ ਕਿਨੇ ਤੂੰ ਸੁਣ ਮਨ ਮੇਰਾ, ਮਾਇਆ ਮੋਹਣੀ ਜੀ ਨੇ ਪਰਮ ਭਲਾਇਆ, ਮਾਇਆ ਤਾਂ ਮੋਹਣੀ ਤਨੇ ਕੀਤੀ ਜੰਠ ਬੋਲੀ ਪਾਈ ਆ, ਕੁਰਬਾਨ ਕੀਤਾ ਤੁਸੀਂ ਵਿੱਚ ਮੂੰਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ। ਇੱਕ ਤਾਂ ਹੈ ਮਨ ਚਤਰਾਈਆਂ ਵਿੱਚ, ਆਪਣੀ ਅਕਲ ਵਿੱਚ, ਆਪਣੇ ਖਿਆਲਾਂ ਵਿੱਚ ਜਦੋਂ ਬੰਦਾ ਫਿਰਦਾ ਹੈ ਤਾਂ ਉਹਦੀ ਚਤਰਾਈਆਂ ਨਾਲ ਇਹ ਮਨ ਮੰਨਦਾ ਨਹੀਂ, ਫਿਰ ਦੂਜੇ ਥਾਂ ਰਹਿੰਦਾ। ਦੂਜੇ ਥਾਂ ਆਉਂਦਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇੱਕ ਟੰਬ ਤੁਝੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਹ ਤੇਰੇ ਚੱਲੇ ਨਾ ਹੀ ਤਿਸ ਨਾਲ, ਕਿਉਂ ਚਿੱਤ ਲਾਈਏ ਐਸਾ ਕੰਮ ਮਿਲੇ ਨਾ ਕਿਚੇ ਚ ਅੰਤ ਪਛੋਂ ਤਾਈਏ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਹੁਣ ਮਨ ਪਿਆਰੇ ਨੂੰ ਸਤਿਗੁਰੂ ਦਾ ਉਪਦੇਸ਼ ਸੁਣਾਇਆ ਗਿਆ, ਜਦੋਂ ਸਤਿਗੁਰ ਦਾ ਉਪਦੇਸ਼ ਗੁਰਮੰਤਰ ਨਾਮ ਉਹਨੇ ਜਪਿਆ, ਜਦੋਂ ਇਸੇ ਤੁੱਕ ਵਿੱਚ ਵੀ ਆ ਕਿ ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ, ਜਦੋਂ ਉਹਨੇ ਸ਼ਬਦ ਸੁਣਿਆ ਤਾਂ ਮਨ ਪਿਆਰਾ ਬਣ ਗਿਆ,
ਜਦੋਂ ਇਸ ਮਨ ਨੂੰ ਸ਼ਬਦ ਦੀ ਕਸਵੱਟੀ ਲੱਗੀ ਤਾਂ ਇਹ ਗੁਰੂ ਕੇ ਸ਼ਬਦ ਦੇ ਨਾਲ ਅਪਾਰ ਵਾਹਿਗੁਰੂ ਵਿੱਚ ਜਾ ਸਮਾਇਆ ਔਰ ਇਹ ਮਨ ਫਿਰ ਜਿਹੜਾ ਦੌੜਾ ਫਿਰਦਾ ਸੀ ਖੋਤੇ ਵਾਂਗ ਉਹ ਫਿਰ ਟਿਕਾਅ ਵਿੱਚ ਆ ਗਿਆ ਜਿੱਥੇ ਚੰਚਲ ਸੀ ਉੱਥੇ ਪਿਆਰਾ ਬਣ ਗਿਆ ਤਾਂ ਹੀ ਮਨ ਹੀ ਅਤੇ ਮਨ ਮਾਨਿਆ ਮਨ ਮਨ ਕਰਕੇ ਗੁਰੂ ਕੇ ਸ਼ਬਦ ਨਾਲ ਇਸਨੇ ਮੰਨਣਾ ਔਰ ਇਸਨੇ ਆਪਣੀਆਂ ਬੁਰਾਈਆਂ ਛੱਡ ਦੇਣੀਆਂ ਜਦੋਂ ਬੁਰਾਈਆਂ ਛੱਡ ਦਿੱਤੀਆਂ ਚੰਗਾ ਬਣ ਗਿਆ ਜਦੋਂ ਬੁਰਾਈਆਂ ਵਿੱਚ ਆ ਗਿਆ ਉਦੋਂ ਭੈੜਾ ਬਣ ਗਿਆ question aya english which god's will or ours do we have a choice ਉਹਦਾ ਮਤਲਬ ਇਹ ਆ ਮਾਸਟਰ ਜੀ ਵੀ ਕਹਿੰਦੇ ਵੀ ਜੇ ਸਾਰਾ ਕੁਛ ਰੱਬ ਹੀ ਸਾਰਾ ਕਰਮ ਲੈ ਕੇ ਭੇਜਦਾ ਆ ਤੇ ਆਪਣੀ ਜਿਹੜੀ ਮਨ ਦੀ ਵਿਲ ਆ ਉਹ ਕਿਵੇਂ ਆਪਣੇ ਕਰਮ ਬਦਲਦੀ ਆ ਜਾਂ ਆਪਾਂ ਨੂੰ ਕਰਮ ਕਰਾਵ ਗੁਰਬਾਣੀ ਵਿੱਚ ਮਹਾਰਾਜ ਨੇ ਫਰਮਾਨ ਕਹਿ ਦਿੱਤੇ ਹੋ ਆ tells us by aman we're doing all these things Vaheguru's path is like in a story the path is already set but banda change karna chahunda problem utthe pendi for the banda is got conscious mind na bhai udham mat prab antar jami jo prere tyo karna jo natua tant bajaye tanti tyo bajaye jo baje jant jana so if you got instrument you know violin tusi dekhya oh dil zor baat keh lo whatever when you're playing it the instrument can't play can it if you just leave the instrument there your instrument's raag hone aap usne kadna there's a player who's playing it the things in this dunya there's a player who's playing this is Vaheguru na Vaheguru's doing everything thing is chanchal mind is trying to say I don't like that jo karda I want to change it and odde vichon that's where all the problems come Vaheguru karda is no doubt in gurbani but god does everything it's just two avastha really the one avastha is where guru is doing updesh to your mind to tell you to stop trying to think that you can control it then the ultimate avastha is that you understand that Vaheguru does everything asal vich jadon ik kehnda na ki jadon sab kuch aap hi karda hai sade vas di kehdi gal hai asi ta ਉਹਨੇ ਜੋ ਕਰਵਾਇਆ ਕਰਤਾ ਜਦੋਂ ਇਹ ਚੰਗਾ ਕੰਮ ਹੋ ਜਾਂਦਾ ਉਦੋਂ ਕਹਿੰਦਾ ਮੈਂ ਕੀਤਾ ਹੈ ਆਹ ਕੰਮ ਮੈਂ ਕੀਤਾ ਹੈ ਇਹਦਾ ਮਤਲਬ ਓਮੇ ਵਿੱਚ ਸਭ ਜਗਤ ਮੂਆ ਜਦੋਂ ਇਹ ਕਹਿੰਦਾ ਮੈਂ ਕੀਤਾ ਹੈ ਤਾਂ ਮੈਨੂੰ ਮਰ ਗਿਆ ਓਮੇ ਜਗਤ ਮੂਆ ਮਰਦੋ ਮਰਦਾ ਜਾਏ ਜੇ ਚਰ ਵਿੱਚ ਦਮ ਹੈ ਤਾਂ ਚਰਨਾ ਚੇਤੇ ਹੀ ਕਿਆ ਕਰੇਗੋ ਅੱਗੇ ਜਾਏ ਜਦੋਂ ਇਹ ਸੋਚਦਾ ਵੀ ਮੈਂ ਕੀਤਾ ਇਹਦਾ ਮਤਲਬ ਗਿਆ ਸਭ ਕੁਛ ਖਤਮ ਹੋਇਆ ਅਤੇ ਅੱਗੇ ਕੀ ਦੱਸੇਗਾ ਤਾਂ ਇਹ ਜਿਹਦਾ ਇਹ ਹਉਮੈ ਵਿੱਚ ਜਦੋਂ ਕਹਿੰਦਾ ਕਿ ਮੈਂ ਕੀਤਾ ਅਤੇ ਫਿਰ ਉਹ ਕਿਉਂ ਨਹੀਂ ਮੰਨਦਾ ਕਿ ਜਿਹੜਾ ਭੈੜਾ ਕੀਤਾ ਉਹ ਵੀ ਮੈਂ ਕੀਤਾ ਇਟ ਇਜ਼ ਟੂ ਥਿੰਕ ਦੈਟ
ਵੀ ਜਿਹੜਾ ਕੰਮ ਮੈਂ ਕੀਤਾ ਹੈ ਜੇ ਚੰਗਾ ਹੋਇਆ ਤੇ ਉਹਨੂੰ ਕਹਿੰਦਾ ਨਾ ਵੀ ਮੈਂ ਕੀਤਾ ਹੈ, ਤੇ ਜਿਹੜਾ ਭੈੜਾ ਹੋਇਆ ਉਹਨੂੰ ਕਹਿੰਦਾ ਰੱਬ ਨੇ ਕਰਵਾਇਆ। ਇਹ ਨਿਆਂ ਹੋ ਸਕਦਾ ਹੈ? ਉੱਥੇ ਕਿਉਂ ਨਹੀਂ ਸੋਚਦਾ ਕਿ ਇਹ ਵੀ ਮੈਂ ਕੀਤਾ ਹੈ, ਮੈਂ ਕੀਤਾ ਹੈ, ਮੈਂ ਗਲਤੀ ਕੀਤੀ ਹੈ, ਰੱਬ ਨੇ ਨਹੀਂ ਕਰਵਾਈ, ਰੱਬ ਨਹੀਂ ਕਰ ਸਕਦਾ। ਰੱਬ ਤਾਂ ਸਦਾ ਸਦਾ ਚੰਗਾ ਹੀ ਕਰਦਾ ਅਤੇ ਚੰਗਾ ਹੀ ਕਰਵਾਉਂਦਾ, ਅਤੇ ਉਹ ਕਿੱਦਾਂ ਮਾੜਾ ਕਰਵਾ ਸਕਦਾ? ਇਹਦਾ ਮਤਲਬ ਜਦੋਂ ਚੰਗਾ ਕੰਮ 'ਤੇ ਮੈਂ ਮੰਨ ਲਿਆ ਵੀ ਮੈਂ ਕੀਤਾ ਅਤੇ ਮਾੜੇ ਕੰਮ ਨੂੰ ਸੁੱਟ ਦਿੱਤਾ ਰੱਬ ਦੇ ਉੱਤੇ, ਇਹਦਾ ਮਤਲਬ ਸਾਰੀ ਗਲਤੀ ਮੇਰੀ, ਇਟ ਇਜ਼ ਮਾਈ ਫਾਲਟ। ਜਦੋਂ ਆਪਾਂ ਸੋਚਾਂਗੇ ਮੇਰੀ ਗਲਤੀ ਹੈ, ਉਸੇ ਵੇਲੇ ਖਤਮ ਹੋ ਜਾਣ ਕੰਮ। ਭਾਉ ਅਤੇ ਭਾਉ ਅਤੇ ਭਾਉ ਦਾ ਡਿਫਰੈਂਸ ਕੀ ਆ ਗੁਰਬਾਣੀ ਵਿੱਚ ਆਉਂਦਾ ਭਾਉ ਅਤੇ ਭਾਉ, ਅਤੇ ਇਹ ਦੋਨੇ ਲਿੰਕਡ ਆ ਆਪਸ ਵਿੱਚ? ਇਹਦਾ ਇਹ ਭਾਉ ਹੈ ਅਤੇ ਭਾਉ, ਭਾਉ ਹੈ ਡਰ, ਭਾਉ ਹੈ ਪਿਆਰ। ਜਦੋਂ ਜਾਨ ਨਾਨਕ ਜਿਨ ਮਨ ਭਾਉ ਅਤੇ ਨਾ ਮਨ ਭਾਓ, ਜਿਨ੍ਹਾਂ ਦੇ ਮਨ ਵਿੱਚ ਡਰ ਪਿਆ, ਜਿਨ੍ਹਾਂ ਦੇ ਮਨ ਵਿੱਚ ਡਰ ਆ ਗਿਆ, ਉਹਨਾਂ ਦੇ ਮਨ ਦੇ ਅੱਗੇ ਪਿਆਰ ਆ ਗਿਆ। ਤੁਸੀਂ ਭਾਈ ਵੀਰ ਸਿੰਘ ਨੇ ਤਿੰਨ ਸਟੇਜਾਂ ਲਿਖੀਆਂ ਨੇ। ਪਹਿਲਾਂ ਹੈ ਵਿਰਾਗ, ਫਿਰ ਹੈ ਜੋਗ, ਫਿਰ ਹੈ ਗਿਆਨ। ਜਦੋਂ ਕਿਸੇ ਨੂੰ ਕੋਈ ਅੰਦਰ ਸੱਟ ਲੱਗਦੀ ਹੈ, ਕਿਤੇ ਕੋਈ ਘਰ ਦਾ ਮਰ ਜਾਂਦਾ ਹੈ ਜਾਂ ਆਪਾਂ ਕਿਸੇ ਦੁੱਖ ਵਿੱਚ ਹੁੰਦੇ ਹਾਂ, ਤਾਂ ਉਸ ਵੇਲੇ ਫਿਰ ਉਹ ਇੱਕ ਤਾਂ ਤਰੀਕਾ ਜਾਂ ਤਾਂ ਬੰਦਾ ਰੋਂਦਾ ਹੈ, ਅਤੇ ਦੂਸਰਾ ਤਰੀਕਾ ਵੀ ਜਾਂ ਉਹ ਗੁਰਬਾਣੀ ਦਾ ਆਸਰਾ ਲੈਂਦਾ। ਜਦੋਂ ਗੁਰਬਾਣੀ ਦਾ ਆਸਰਾ ਲੈਂਦਾ ਫਿਰ ਗੁਰਬਾਣੀ ਉਹਦੇ ਅੰਦਰ ਖੁੱਭਦੀ ਜਾਂਦੀ ਹੈ, ਜਿਉਂ ਜਿਉਂ ਪੜ੍ਹਦਾ ਅਤੇ ਉਹਦਾ ਅਸਰ ਹੁੰਦਾ, ਅਤੇ ਅਸਰ ਹੋਣ ਕਰਕੇ ਫਿਰ ਉਹ ਵੈਰਾਗ ਵਿੱਚ ਆ ਜਾਂਦਾ। ਫਿਰ ਕਦੇ ਉਹਦਾ ਜੀ ਕਰਦਾ ਮੈਂ ਰੋ ਕੇ ਇਹਨੂੰ ਪੜ੍ਹਾਂ, ਜਾਂ ਮਨ ਜਿਹੜਾ ਫਿਰ ਨਾ ਵੈਰਾਗ ਵਿੱਚ ਆਣ ਕੇ ਫਿਰ ਉਹ ਹੌਲੀ 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 ਫਿਰ ਉਹ ਟਕਾਅ ਵਿੱਚ ਆ ਜਾਂਦੇ। ਵੈਰਾਗ ਅਤੇ ਯੋਗ, ਯੋਗ ਦਾ ਮਤਲਬ ਜੁੜ ਜਾਂਦਾ, ਉਹ ਜਦੋਂ ਜੁੜ ਜਾਂਦਾ ਫਿਰ ਗੁਰਬਾਣੀ ਦਾ ਇੱਕ ਇੱਕ ਅਰਥ ਜਿਹੜਾ ਨਾ ਉਹਦੇ ਅੰਦਰ ਸਮਝਣਾ ਆ ਜਾਂਦਾ, ਫਿਰ ਗਿਆਨ ਆ ਜਾਂਦਾ। ਵੈਰਾਗ, ਯੋਗ ਅਤੇ ਗਿਆਨ, ਔਰ ਜਦੋਂ ਗੁਰਬਾਣੀ ਦੀ ਸਮਝ ਅੰਦਰ ਆਉਣੀ ਪੈ ਗਈ। ਸਵਾਲ ਕੀ ਸੀ ਤੁਹਾਡਾ? ਭਾਉ ਅਤੇ ਭਾਉ ਦਾ ਇਹਦਾ ਮਤਲਬ ਜਦੋਂ ਅੰਦਰ ਡਰ ਪੈਦਾ ਹੋ ਗਿਆ ਤਾਂ ਉਸਨੇ ਪਿਆਰ ਪੈਦਾ ਕਰ ਦਿੱਤਾ, ਸਾਡੇ ਅੰਦਰ ਸਮਝ ਆਉਣੀ ਸ਼ੁਰੂ ਹੋ ਗਈ। ਸਾਨੂੰ ਕਿਉਂਕਿ ਇਹ ਭੈ ਵਿੱਚ ਰਾਜਾ, ਇਹ ਭੈ ਵਿੱਚ ਇੰਦਰ, ਫਿਰ ਇਹ ਜਿੱਦਾਂ ਭੈ ਵਿੱਚ ਪਾਉਣ ਪੈਸ ਦਵਾਓ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੂੜੀ ਚਲਤਨੰਤ, ਭੈ ਵਿੱਚ ਸਿੱਧ ਬੁੱਧ ਸੁਣਾਥ, ਭੈ ਵਿੱਚ ਅਡਾਣੇ ਆਕਾਸ਼, ਸਾਰੀ ਚੀਜ਼ ਜਦੋਂ ਹੈ ਹੀ ਭੈ ਵਿੱਚ, ਅਸੀਂ ਇੰਦਰ ਭਾਉ ਤਾਂ ਹੀ ਹੋ ਸਕਦੇ ਜੇ ਰੱਬ ਦਾ ਨਾਂ ਜਪਾਂਗੇ। ਬੁੱਧਾਂ ਸਾਹਿਬ ਸਾਰਾ ਕੁਛ ਡਰਦਾ ਪਿਆ, ਅੱਤ ਡਰ ਪਏ ਧਰਮ ਰਾਜ, ਧਰਮ ਰਾਜਾ ਉਹ ਵੀ ਡਰਦਾ ਪਿਆ,
ਜਿੰਨਾ ਚਿਰ ਸਾਡੇ ਅੰਦਰ ਡਰ ਨਹੀਂ ਹੈ, ਭੈ ਨਹੀਂ ਹੈ, ਭੈ ਵਿੱਚ ਆਣ ਕੇ ਅਸੀਂ ਚੰਗਾ ਕੰਮ ਕਰਨਾ ਸ਼ੁਰੂ ਕਰਾਂਗੇ, ਸਾਡਾ ਜਿਹੜਾ ਭਾਉ ਹੈ ਉਹ ਫਿਰ ਸਾਡੇ ਸੰਸਾਰ ਵਾਸਤੇ ਕੁਝ ਆਊਗਾ। ਬਸ ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ।